ग्रीन ट्रिब्यूनल वालों ताज़ा फैसले तहत भट्ठा उद्योग नू 31 जनवरी 2019 तक बंद रखने के हुक्म दिए गए हैं। इस फैसले का भट्ठा उद्योग ते की दूरगामी प्रभाव पवेगा, इस संबंधी जवाहर लाल भट्ठा ब्रिक्स कंपनी कोहली के मालक हरभजन सिंह नाल गल की गई तो उन्होंने प्रदूषण फैला रहे गैर जरूरी त्योहार आदि प्रति सरकार के नजरिए ते सवाल उठाए। इस नाल उन्होंने सरकार कोलो भट्ठा उद्योग लई नवे मापदंडा तहत कीतियां जाण वालियां तब्दीलियां लई सबसिडी की मांग भी की है। नैशनल ग्रीन ट्रिब्यूनल ने एक फैसला दिता जो अखबारों के आया, उन्होंने 31 जनवरी 2019 तक सारे पंजाब के भट्ठे बंद करन दा जिहड़ा फैसला किया, उहदे नाल तुहाडे कारोबार ते की फर्क पएगा, इहदे बारे थोड़ा दस्सिओ सानूं। देखो जी, एक तो हुण साडा सीजन ते सारा ऑफ हो गया है जी, जे चलने सी इह 9 महीने तों अहीं पिछे पट्ठे चलाउंदे हुंदे हां, 9 महीने तो चला गए थे असी, 11 महीने तक ये साडे भट्ठे चलते सी जी, हुण सारा साडा सीजन ही ऑफ हो गया है, हुण सानू भट्ठे चलाउण दा कोई फायदा नहीं हो रहा। साडा जे एक अद्धा अहीं गेड़ कढ वी लांगे ते साडा नुकसान है, इहदे च उहदे च साडा कोला ही इन्ना ज्यादा लग जांदा कि साडा बहुत ज्यादा नुकसान हुंदा है। अच्छा, इहदे जिहड़ा उहनां कहा होवे भट्ठे जिहड़े आ प्रदूषण फैला रहे आ, थले धुआं कोई नहीं आउंदा, होर वेखो चीजां किन्नियां प्रदूषण फैलाउण वालियां, जिहनूं पराली नूं अग लाउण दे जिम्मेदार, जिहनूं अपने दशहरा साड़दे आ, पटाके चलदे आ, शहर अस्तबाजी चलदी आ, पैलसा च अस्तबाजी किन्नी चलदी आ, वेखो इस साल च इहदा प्रदूषण फैलदा है, भट्ठे नाल किन्ना प्रदूषण फैल जाणा जी। ਤੇ ਭੱਠੇ ਚਲਾਉਣ ਵਾਸਤੇ ਜਿਹੜੀਆਂ ਸਰਕਾਰ ਨੇ ਤੁਹਾਨੂੰ ਕੀ ਹਦਾਇਤਾਂ ਦਿੱਤੀਆਂ ਕਿ ਕਿਸ ਢੰਗ ਨਾਲ ਤੁਸੀਂ ਭੱਠੇ ਜਿਹੜੇ ਆ ਚਲਾਉਣੇ ਆ? ਗਾਂ ਵੇਖੋ ਜੀ, ਸਾਨੂੰ ਇਹਨਾਂ ਕਿਹਾ ਹੈ ਵੀ ਤੁਸੀਂ ਹਾਈ ਡਰਾਫਟ ਭੱਠੇ ਬਣਾਓ ਜੀ, ਜੀ ਹਾਈ ਡਰਾਫਟ ਭੱਠੇ ਬਣਾਉਣ ਚ ਸਾਡਾ ਬਹੁਤ ਜ਼ਿਆਦਾ ਖਰਚ ਆਉਂਦਾ ਜੀ, ਘੱਟੋ ਘੱਟ ਵੀ 50 ਤੋਂ 60 ਲੱਖ ਰੁਪਇਆ ਸਾਡਾ ਖਰਚਾ ਆ ਜਾਂਦਾ, ਤੇ ਹੋਰ ਉਹਦੇ ਚੋਂ ਭੱਠਿਆਂ ਚੋਂ ਸਾਨੂੰ ਵੇਖੋ ਜੀ ਬੜਾ ਸਾਡਾ ਨੁਕਸਾਨ ਹੋਣਾ ਹੈ, ਹਾਈ ਡਰਾਫਟ ਭੱਠੇ ਬਣਾਉਣ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਾ। ਤੇ ਤੁਸੀਂ ਕੀ ਸਮਝਦੇ ਜੀ ਵੀ ਜੇ ਇਹ ਫੈਸਲਾ ਲਾਗੂ ਹੁੰਦਾ ਨਵੇਂ ਭੱਠੇ ਬਣਾਉਣ ਦਾ, ਤੇ ਕੀ ਸਾਰੇ ਜਿਹੜੇ ਭੱਠੇ ਮਾਲਕ ਆ ਉਹ ਦੁਬਾਰਾ ਭੱਠੇ ਚਲਾਉਣਗੇ, ਨਵੇਂ ਭੱਠੇ ਬਣਾ ਲੈਣਗੇ, ਇੰਨਾ ਪੈਸਾ ਲਾ ਸਕਦੇ ਨੇ ਉਹ, ਜਾਂ ਕਿੰਨੇ ਕੁ ਭੱਠੇ ਉਹ ਤੋਂ ਬਾਅਦ ਚੱਲਦੇ ਰਹਿਣਗੇ ਤੇ ਕਿੰਨੇ ਕੁ ਬੰਦ ਹੋਣ ਦੀ ਸੰਭਾਵਨਾ? ਦੇਖੋ ਜੀ, ਭੱਠੇ 50% ਦੇ ਬੰਦ ਹੋ ਗਏ, ਇਸ ਹਿਸਾਬ ਨਾਲ ਜੇ ਜਿੰਨਾ ਕੋਈ ਪੈਸਾ ਹੀ ਨਹੀਂ ਹੈਗਾ, ਜਿਹੜੇ ਸਰਮਾਇਆਦਾਰ ਆ ਵੱਡੇ ਲੋਕ ਨੇ ਉਹ ਬਣਾ ਲੈਣਗੇ, ਸਾਡੇ ਕੋਲ ਭੱਠੇ ਕਿੱਥੇ ਬਣਨੇ ਆ? ਜਿਹੜੇ ਇੱਧਰ ਸਾਡੇ ਇਲਾਕੇ ਚ ਸਿਰਫ 1-2 ਭੱਠੇ ਅਜੇ ਹਾਈ ਡਰਾਫਟ ਬਣੇ ਆ, ਬਾਕੀ ਸਾਰੇ ਭੱਠੇ ਪਏ ਆ ਜੀ। ਅੱਛਾ ਜੀ, ਅੱਛਾ ਸਰਦਾਰ ਭਜਨ ਸਿੰਘ ਜੀ, ਜੇ ਉਹ ਫੈਸਲੇ ਚਲੋ ਹੋ ਰਹੇ ਆ ਪ੍ਰਦੂਸ਼ਣ ਰੋਕਣ ਵਾਸਤੇ, ਤੇ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਜੇ ਵੀ ਕੀ ਹੋਣਾ ਚਾਹੀਦਾ ਵਾ ਭੱਠੇ ਚਲਾਉਣ ਵਾਸਤੇ, ਤਾਂ ਕਿ ਜਿਹੜੀ ਤੁਹਾਡੀ ਇਹ ਕਾਰੋਬਾਰ ਆ ਇਹ ਵੀ ਬੰਦ ਨਾ ਹੋਣ ਅੱਗੇ ਵਾਸਤੇ ਵੀ, ਤੇ ਕੀ ਮੰਗ ਤੁਹਾਡੀ ਆ ਸਰਕਾਰ ਕੋਲ? ਦੇਖੋ ਜੀ, ਅਸੀਂ ਸਰਕਾਰ ਦੇ ਨਾਲ ਬਿਲਕੁਲ ਸਹਿਮਤ ਆ ਵੀ ਪ੍ਰਦੂਸ਼ਣ ਨਹੀਂ ਫੈਲਣਾ ਚਾਹੀਦਾ, ਅਸੀਂ ਇਹ ਹੱਥ ਚੱਕੇ ਹਾਂ, ਪਰ ਜਿੰਨਾ ਸਾਡਾ ਖਰਚਾ ਆਉਣਾ ਹੈ, ਕੋਈ ਸਰਕਾਰ ਸਾਨੂੰ ਕੋਈ ਸਬਸਿਡੀ ਦੇ ਜਾਂ ਕੋਈ ਸਾਨੂੰ ਕੋਈ ਸਹਾਇਤਾ ਕਰੇ ਸਾਡੀ ਵੀ, ਜਿਹਦੇ ਨਾਲ ਅਸੀਂ ਭੱਠੇ ਬਣਾਵਾਂਗੇ। ਪੱਠੇ ਬੰਦ ਕਰਨ ਦੇ ਦਿੱਤੇ ਨਿਰਦੇਸ਼ਾਂ ਨੇ ਪੱਠਾ ਮਾਲਕਾਂ, ਪਥੇਰ ਤੇ ਨਿਕਾਸੀ ਕਰਨ ਵਾਲੇ ਮਜ਼ਦੂਰਾਂ, ਉਸਾਰੀ ਮਿਸਤਰੀ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਡੂੰਘੀਆਂ ਚਿੰਤਾਵਾਂ ਵਿੱਚ ਡੋਬ ਦਿੱਤਾ ਹੈ। ਇਸ ਕਾਰਨ ਮਜ਼ਦੂਰ ਵਰਗ ਫਾਕੇ ਕੱਟਣ ਲਈ ਮਜਬੂਰ ਹੋ ਗਿਆ ਹੈ। ਆਮ ਲੋਕਾਂ ਦੇ ਉਸਾਰੀ ਨਾਲ ਸੰਬੰਧਿਤ ਕੰਮ ਰੁਕ ਗਏ ਹਨ। ਜਿਹੜੀ ਇੱਟ 4200 ਤੋਂ 5000 ਤੱਕ ਮਿਲਦੀ ਸੀ, ਉਸ ਦੀ ਕੀਮਤ ਅੱਜ 6200 ਤੋਂ ਲੈ ਕੇ 6500 ਵਿੱਚ ਹੋ ਗਈ ਹੈ। ਪੱਠਿਆਂ ਤੇ ਮਜ਼ਦੂਰਾਂ ਲਈ ਕੰਮ ਕਰਦੇ ਆ ਤੇ ਐਤਕੀ ਗ੍ਰੀਨ ਟ੍ਰਿਬਿਊਨਲ ਦੇ ਭੱਠਾ ਮਾਲਕਾਂ ਦੇ ਜਿਹੜੇ ਭੱਠੇ ਆ ਉਹ ਬੰਦ ਕਰਾ ਦਿੱਤੇ, ਅਤੇ ਉਹਦੇ ਨਾਲ ਜਿੰਨੀ ਵੀ ਸਾਡੀ ਭੱਠਿਆਂ ਦੀ ਲੇਬਰ ਆ ਉਹ ਸਾਰੀ ਬੇਰੁਜ਼ਗਾਰ ਹੋ ਗਈ। ਪਹਿਲਾਂ ਭੱਠਿਆਂ ਦੇ ਉੱਤੇ ਜਿਹੜੀ ਇੱਟ ਸੀ ਉਹ ਬਹੁਤ ਜ਼ਿਆਦਾ ਵਿਕਦੀ ਹੁੰਦੀ ਸੀ, ਕੋਠੀਆਂ ਪੈਂਦੀਆਂ ਸੀਗੀਆਂ, ਅਤੇ 2007 ਤੋਂ ਐਸੀ ਆਰਥਿਕ ਮੰਦੀ ਆਈ ਆ ਅਤੇ ਉਹਦੇ ਨਾਲ ਜਿਹੜੇ ਇੱਟਾਂ ਆ ਉਹ ਘੱਟ ਵਿਕਦੀਆਂ, ਅਤੇ ਭੱਠਿਆਂ ਦਾ ਸੀਜ਼ਨ ਜਿਹੜਾ ਉਹ ਪਹਿਲਾਂ ਹੀ ਬਹੁਤ ਘੱਟ ਰਹਿ ਗਿਆ। ਪਹਿਲਾਂ 9 ਮਹੀਨੇ ਭੱਠੇ ਚੱਲਦੇ ਹੁੰਦੇ ਸੀ, ਉਸ ਤੋਂ ਬਾਅਦ ਭੱਠਿਆਂ ਦੇ ਜਿਹੜਾ ਸੀਜ਼ਨ ਸੀ ਉਹ 6 ਮਹੀਨੇ ਦਾ ਹੋ ਗਿਆ, ਅਤੇ ਜਿਹੜੇ ਆ 2.5 ਮਹੀਨੇ ਹੁਣ ਲੱਗਦੇ ਹੁੰਦੇ ਸੀ ਸਰਦੀਆਂ ਦੇ, ਅਕਤੂਬਰ ਤੋਂ ਲੈ ਕੇ ਜਨਵਰੀ ਤੱਕ, ਅਤੇ ਉਹ ਜਿਹੜੇ ਭੱਠੇ ਆ ਉਹ ਭੱਠਾ ਮਾਲਕਾਂ ਦੇ ਸਰਕਾਰ ਨੇ ਬੰਦ ਕਰਾ ਦਿੱਤੇ ਆ, ਅਤੇ ਉਹਦੇ ਨਾਲ ਲੇਬਰ ਜਿਹੜੀ ਸਾਡੀ ਉਹ ਕੁਛ ਆਸ ਸੀਗੀ ਉਹ ਕੁਛ ਭੱਠਿਆਂ 'ਤੇ ਆਈ ਆ,
ਤੇ ਉਹਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਕੈਟਾਗਰੀਆਂ ਜੁੜੀਆਂ ਹੋਈਆਂ, ਪਹਿਲਾਂ ਭੱਠਿਆਂ ਦੀ ਪਥੇਰ ਹੁੰਦੀ ਆ, ਉਸ ਤੋਂ ਬਾਅਦ ਭਰਾਈ ਵਾਲੇ ਹੁੰਦੇ ਆ, ਨਕਲਾਸੀ ਵਾਲੇ ਹੁੰਦੇ ਆ, ਅਤੇ ਹੋਰ ਜਿਹੜੇ ਉਹਦੇ ਨਾਲ ਬਹੁਤ ਸਾਰੇ ਜੁੜੇ ਆ ਉਹ ਬੇਰੁਜ਼ਗਾਰ ਹੋਏ ਆ, ਅਤੇ ਉਹਦੇ ਨਾਲ ਕੰਸਟਰਕਸ਼ਨ ਦੇ ਵਿੱਚ ਬਹੁਤ ਸਾਰੇ ਲੋਕ ਲੱਗੇ ਆ। ਪੰਜਾਬ ਦੇ ਵਿੱਚ ਘੱਟੋ ਘੱਟ 12 ਲੱਖ ਤੋਂ ਉੱਪਰ ਜਿਹੜਾ ਆ ਉਹ ਸਾਰੀ ਦੇ ਨਾਲ ਜੁੜਿਆ ਆ, ਵੱਖਰੀਆਂ ਵੱਖਰੀਆਂ ਕੈਟਾਗਰੀਆਂ ਦੇ ਵਿੱਚ ਆ। ਉਹ ਕੋਈ ਮਜ਼ਦੂਰ ਵਾ, ਕੋਈ ਮਿਸਤਰੀ ਆ, ਕੋਈ ਬਾਲ ਵੈਂਡਰ ਵਾ, ਕੋਈ ਜਾਲ ਬੰਨਣੇ ਵਾਲਾ ਆ, ਉਹ ਇਹਨਾਂ ਦਾ ਇੱਟਾਂ ਦਾ ਅਸਰ ਜਿਹੜਾ ਆ ਉਹਨਾਂ ਦੇ ਉੱਤੇ ਵੀ ਪੈਣਾ ਆ, ਅਤੇ ਬੇਰੁਜ਼ਗਾਰ ਜਿਹੜੀ ਆ ਉਹ ਬੇਰੁਜ਼ਗਾਰੀ ਦੇ ਵੱਲ ਧੱਕੇ ਜਾ ਰਿਹਾ। ਲੋਕ ਪਹਿਲਾਂ ਵੀ ਹੋਰ ਕਿਤੇ ਖਿੱਤੇ ਦੇ ਵਿੱਚ ਕੰਮ ਹੈ ਨਹੀਂ, ਖੇਤੀ ਦੇ ਵਿੱਚੋਂ ਪਹਿਲਾਂ ਹੀ ਜਿਹੜਾ ਮਜ਼ਦੂਰ ਆ ਉਹ ਬਾਹਰ ਹੋ ਚੁੱਕਾ ਆ। ਇੱਥੇ ਅਸੀਂ ਇੱਟਾਂ ਕੱਢਣ ਦਾ ਕੰਮ ਕਰੀਦਾ ਜੀ, ਪੱਠਿਆਂ 'ਚੋਂ ਨਿਕਾਸੀ ਕਰੀਦਾ ਜੀ। ਅੱਛਾ, ਕਿੰਨੀ ਦੇਰ ਤੋਂ ਕਰ ਰਹੇ ਹੋ? ਇਹ ਹੋ ਗਿਆ ਘੱਟੋ ਘੱਟ 17-18 ਸਾਲ ਤੋਂ ਕਰਦੇ ਹਾਂ ਜੀ ਕੰਮ। ਹਰੇਕ ਸਾਲ ਤੁਸੀਂ ਆਉਂਦੇ ਹੋ? ਹਰੇਕ ਸਾਲ ਲੇਬਰ ਲੈ ਕੇ ਆਉਂਦੇ ਹਾਂ ਜੀ ਅਸੀਂ। ਲੇਬਰ ਕਿੰਨੀ ਕੁ ਲੈ ਕੇ ਆਉਂਦੇ ਹੋ? ਲੇਬਰ ਸਾਡੇ ਕੋਲ 60-65-70 ਲੋਕ ਘੱਟੋ ਘੱਟ ਕੰਮ ਕਰਦੇ ਆ ਜੀ, 4-5 ਪੱਠੇ 'ਤੇ ਕੰਮ ਕਰਦੇ ਆ। ਠੀਕ ਹੈ, ਹਾਂਜੀ। ਜਿਹੜੀ ਹੁਣ ਕੌਮੀ ਗ੍ਰੀਨ ਟ੍ਰਿਬਿਊਨਲ ਵੱਲੋਂ ਰੋਕ ਲਗਾਈ ਗਈ ਆ, ਉਹਦੇ ਨਾਲ ਤੁਹਾਡੇ ਮਜ਼ਦੂਰਾਂ ਨੂੰ ਕੀ ਫਰਕ ਪਊਗਾ? ਸਾਡੇ ਮਜ਼ਦੂਰਾਂ ਨੂੰ ਬਹੁਤ ਫਰਕ ਪੈਂਦਾ ਜੀ, ਇੱਥੇ ਵਿਹਲੇ ਹੋ ਜਾਂਦੇ ਅਸੀਂ ਕੰਮ ਕਾਰ ਕਰਕੇ। ਪਹਿਲਾਂ ਵੀ ਅਸੀਂ ਇਹਦੇ ਹੀ ਕੰਮ ਕਰਦੇ ਰਹੇ, ਹੋਰ ਕੋਈ ਕੰਮ ਨਹੀਂ ਹੁੰਦਾ ਸਾਤੇ, ਤਾਂ ਕਰਕੇ ਕਾਫੀ ਫਰਕ ਪੈਂਦਾ ਜੀ ਇਹ 'ਚ। ਜਿਹੜੇ 4-5 ਮਹੀਨੇ ਵਿਹਲੇ ਬੈਠੇ ਰਹਿਣੇ ਪੈਣੇ ਹੁਣ, ਇਹਦੇ ਕਰਕੇ ਬਹੁਤੇ ਫਰਕ ਪੈਂਦਾ ਲੇਬਰਾਂ ਨੂੰ। ਰੋਟੀ ਦਾ ਤਾਂ ਉਹਨਾਂ ਦਾ ਕਾਫੀ ਅਸਰ ਪੈਣਾ ਜੀ, ਪਿੱਛੇ ਖਾਣੇ ਵਾਲੇ ਵੀ ਕਾਫੀ ਹੁੰਦੇ, 7-8 ਬੰਦੇ ਫੈਮਿਲੀਆਂ 'ਚ ਹੁੰਦੇ, ਇੱਕ ਫੈਮਿਲੀ 'ਚ। ਕਿੰਨੀ ਦੇਰ ਸੇ ਯਹਾਂ ਆ ਰਹੇ ਹੈਂ? ਯਹਾਂ ਸੇ 10-15 ਸਾਲ ਹੋ ਲਿਆ ਕੰਮ ਕਰ ਰਹੇ ਜੀ ਯਹਾਂ ਸੇ। ਕਿਆ ਕੰਮ ਕਰਤੇ ਹੈਂ? ਪਥੇਰ ਕਾ ਜੀ, ਬੱਟੇ ਪੇਂਟ ਕਰਦੇ ਜੀ। ਆਪਕੇ ਬੱਚੇ ਵੀ ਆਪਕੇ? ਹਾਂ ਜੀ, ਬੱਚੇ ਹੈ ਜੀ। ਤੋ ਅਬ ਸਰਕਾਰ ਨੇ ਪੱਠੇ ਬੰਦ ਕਰ ਦਿੱਤੇ? ਬੱਟੇ ਬੰਦ ਕਰ ਦਿੱਤੇ ਸਰਕਾਰ ਨੇ, ਫਿਰ ਕਿਸੇ ਕੰਮ 'ਚ ਲੱਗਾ ਜੀ? ਹਾਂ, ਭੁੱਖੇ ਮਰਨ ਦਾ ਬਹੁਤ ਹੋ ਗਿਆ ਜੀ। 4-5 ਮਹੀਨੇ ਤੋਂ ਪਹਿਲੇ ਹੀ ਬੰਦ ਹੈ, ਅਬ 4 ਮਹੀਨੇ ਹੋਰ ਹੋ ਗਏ ਤਾਂ ਬਹੁਤ ਔਖਾ ਹੋ ਜਾਏਗਾ ਜੀ। ਕਹਾਂ ਸੇ ਖਾਵਾਂਗੇ, ਕਹਾਂ ਸੇ ਪੀਏਂਗੇ, ਕੁਛ ਵੀ ਨਹੀਂ। ਕਿਆ ਮੰਗ ਕਰਤੇ ਆਪ ਸਰਕਾਰ ਸੇ? ਮੰਗ ਤਾਂ ਇਹੀ ਕਰ ਰਹੇ ਜੀ, ਮਾਰੀ ਰੋਜ਼ੀ ਚਲਾਓ, ਕੰਮ ਚਲਾਓ ਮਾਰਾ, ਜਬੀ ਤੋ ਬੱਚੇ ਪੜਾਂਗੇ, ਖਾਣਾ ਪੀਣਾ ਹੋਗਾ ਕੁਛ। ਪੰਜਾਬ ਪੱਠਾ ਮਾਲਕ ਐਸੋਸੀਏਸ਼ਨ ਦੇ ਸੂਬਾ ਚੇਅਰਮੈਨ ਦਵਿੰਦਰ ਰਾਜਦੇਵ ਨੇ ਗੱਲ ਕਰਦਿਆਂ ਦੱਸਿਆ ਕਿ ਪੱਠਿਆਂ ਦੇ ਕਾਰੋਬਾਰ ਨਾਲ ਸਿੱਧੇ ਤੇ ਅਸਿੱਧੇ ਤੌਰ ਤੇ 10 ਲੱਖ ਲੋਕਾਂ ਦਾ ਕਾਰੋਬਾਰ ਜੁੜਿਆ ਹੋਇਆ ਹੈ। ਉਹਨਾਂ ਦੱਸਿਆ ਕਿ ਸਧਾਰਨ ਇੱਟ ਦੀ ਉਮਰ 100 ਸਾਲ ਹੁੰਦੀ ਹੈ। ਉਹਨਾਂ ਕਿਹਾ ਕਿ ਲਾਲ ਇੱਟਾਂ ਤੋਂ ਕਿਨਾਰਾ ਕਰਕੇ ਕੰਕਰੀਟ ਦੀਆਂ ਇੱਟਾਂ ਤੇ ਗਲੀਆਂ ਵਿੱਚ ਟਾਈਲਾਂ ਦੀ ਵਰਤੋਂ ਨਾਲ ਪੱਠਾ ਕਾਰੋਬਾਰ ਤੇ ਕਾਫੀ ਅਸਰ ਪਿਆ ਹੈ। ਪੰਜਾਬ ਦੇ ਵਿੱਚ ਪੱਠਿਆਂ ਉੱਪਰ ਜੁਲਾਈ ਦਾ ਕੰਮ 1 ਫਰਵਰੀ ਤੋਂ ਹੀ ਚੱਲੇਗਾ। ਜੋ ਨੋਟੀਫਿਕੇਸ਼ਨ ਪੰਜਾਬ ਪੋਲਿਊਸ਼ਨ ਬੋਰਡ ਨੇ 9/4/18 ਨੂੰ ਜਾਰੀ ਕੀਤਾ ਸੀ, ਤਾਂ ਕਿ ਪੰਜਾਬ ਦਾ ਵਾਤਾਵਰਨ ਸਾਫ਼ ਸੁਥਰਾ ਰਹਿ ਸਕੇ। ਪਿਛਲੇ ਸਾਲ ਦੇ ਜੋ ਵਾਤਾਵਰਨ ਦੇ ਵਿੱਚ ਧੂੰਏ ਦੀ ਮਿਕਦਾਦ ਹੋ ਗਈ ਸੀ, ਜਿਹਦੇ ਨਾਲ ਲੋਕਾਂ ਨੂੰ ਆਪਦੇ ਕੰਮ ਕਾਰ ਛੱਡ ਕੇ ਘਰਾਂ 'ਚ ਬੈਠਣਾ ਪਿਆ ਸੀ, ਉਸ ਦੇ ਮੱਦੇਨਜ਼ਰ ਸਰਦਾਰ KS ਪੰਨੂ, ਉਸ ਵੇਲੇ ਦੇ ਚੇਅਰਮੈਨ ਪੰਜਾਬ ਪੋਲਿਊਸ਼ਨ ਬੋਰਡ ਦੇ, ਉਹਨਾਂ ਨੇ ਇਹ ਨੋਟੀਫਿਕੇਸ਼ਨ ਇਸ਼ੂ ਕੀਤੀ ਸੀ। ਪਰ ਹੁਣ ਪੰਜਾਬ ਗੌਰਮੈਂਟ ਨੇ ਇਸ ਗੱਲ ਦਾ ਸੰਦੇਹ ਪ੍ਰਗਟ ਕੀਤਾ ਕਿ ਇਹਦੇ ਨਾਲ ਭੱਠਿਆਂ 'ਤੇ ਵਾਲੇ ਰੇਟ ਵਧਾ ਦੇਣਗੇ। ਮੈਂ ਬੀਂਗ ਚੇਅਰਮੈਨ ਪੰਜਾਬ ਪੱਠਾ ਐਸੋਸੀਏਸ਼ਨ ਇਸ ਗੱਲ ਦੀ ਯਕੀਨੀ ਬਣਾਉਣਾ ਚਾਹੁੰਦਾ ਕਿ ਪੰਜਾਬ ਦੇ ਭੱਠਿਆਂ ਉੱਪਰ ਇੱਟਾਂ ਦੇ ਸਫੀਸ਼ੀਐਂਟ ਸਟੋਕ ਨੇ ਔਰ ਫਰਵਰੀ ਦੇ ਮਹੀਨੇ ਤੱਕ ਕੋਈ ਰੇਟ ਵਿੱਚ ਵਾਧਾ ਨਹੀਂ ਕੀਤਾ ਜਾਏਗਾ। ਔਰ ਨਾਲ ਦੀ ਨਾਲ ਹਰ ਡਿਸਟ੍ਰਿਕਟ ਦੇ ਵਿੱਚ ਸਰਕਾਰ ਕੋਲ ਅਮਲਾ ਹੈ, DFC ਸਾਹਿਬ ਨੇ, AAT ਸਾਹਿਬ ਨੇ, ਉਹ ਇਸ ਗੱਲ ਦੀ ਨਿਗਰਾਨੀ ਕਰ ਸਕਦੇ ਹੈ। ਔਰ ਅਸੀਂ ਸ਼ਿਓਰਟੀ ਦਿੰਦੇ ਹਾਂ ਪੰਜਾਬ ਪੱਠਾ ਐਸੋਸੀਏਸ਼ਨ ਨੂੰ ਵੀ ਪੰਜਾਬ ਦੇ ਆਮ ਪੱਠੇ ਵਾਲਿਆਂ, ਆਮ ਲੋਕਾਂ ਨੂੰ ਇੱਟ ਉਸੇ ਤਰ੍ਹਾਂ ਹੀ ਕੁਆਲਿਟੀ ਦੀ ਮਿਲਦੀ ਰਹੇਗੀ। ਪੱਠਿਆਂ ਨੂੰ ਹਾਈਡਰਾਫਟ ਕਰਨ ਵਾਸਤੇ, ਕਿਉਂਕਿ ਇੱਕ ਸਕਿੱਲਡ ਲੇਬਰ ਚਾਹੀਦੀ ਹੈ, ਤਕਰੀਬਨ ਇਹਦੇ 'ਚ 40 ਲੱਖ ਰੁਪਏ ਖਰਚਾ। ਪਹਿਲੀ ਤਾਂ ਮੇਰੀ ਮੰਗ, ਬੀਂਗ ਚੇਅਰਮੈਨ ਰਿਪ੍ਰਜੈਂਟੇਟਿਵ ਆਫ ਬ੍ਰਿਕਲਿਨ ਐਂਡ ਓਨਰਸ, ਮੈਂ ਸਰਕਾਰ ਤੋਂ ਮੰਗ ਕਰਦਾ ਵੀ ਸਾਨੂੰ ਫਾਈਨੈਂਸ਼ੀਅਲ ਹੈਲਪ ਕੀਤੀ ਜਾਵੇ, ਬੈਂਕਾਂ ਤੋਂ ਸਾਨੂੰ ਸੁਖਾਵੇਂ ਲੋਨ ਦਿੱਤੇ ਜਾਣ ਜਿਹਦੇ ਵਿੱਚ ਘੱਟ ਵਿਆਜ ਦਰ 'ਤੇ ਸਾਨੂੰ ਲੋਨ ਦਿੱਤੇ ਜਾਣ। ਕੁਛ ਸਬਸਿਡੀਜ਼ ਵੀ ਸਾਨੂੰ ਮਿਲਣੀ ਚਾਹੀਦੀ ਹੈ, ਜਿਸ ਤਰ੍ਹਾਂ ਆਮ ਅੱਜ ਕੋਈ ਪਰਾਲੀ ਨੂੰ ਇਕੱਠਾ ਕਰਨ ਵਾਸਤੇ ਜਾਂ ਉਹਨੂੰ ਬੰਡਲ ਕਰਨ ਵਾਸਤੇ, ਬਣਾਉਣ ਵਾਸਤੇ ਕੋਈ ਮਸ਼ੀਨ ਖਰੀਦਦਾ ਤਾਂ ਸਰਕਾਰ ਉਹਨੂੰ 4 ਲੱਖ ਦੀ ਮਸ਼ੀਨ 'ਤੇ
2 लाख रुपया सबसिडी दे रही है। जे भट्ठे वाला 40 लाख रुपया एक इस काम वास्ते लगाता है, इनू हाई ड्राफ्ट करता है, तो कुछ ना कुछ साड़ी भी मदद होनी चाहिए है, चाहे इंडस्ट्री डिपार्टमेंट करे चाहे सरकार किसी होर महकमे फिक्स करे। मेरी मंग है भी सानू इस तरह की हैल्प मिलनी चाहिए है। जिथे भट्ठा कारोबारी इस उपर काफी चिंता प्रकट कर रहे हैं, उथे ही आम लोग इस रोक नू जायज मान रहे हैं। आम लोगों का मनना है कि भट्ठिया विचों वड्डी मात्रा विच धुआं निकलता है, जो हवा विच मिल के साडे शरीर अते वातावरण दोनों उपर बुरा असर पौंदा है। फैसला वधिया हैगा जी, वो इस करके भी जड़ा पोल्यूशन क्रिएट हो रहा उहदे धुएं कारण, वो कंट्रोल च होगा जी, कंट्रोल रहूगा। सैकेंडली पोल्यूशन कंट्रोल बोर्ड नूं भी कुछ इनिशिएटिव लेना पैना, ताकि कोई डिवाइस वगैरह उत्थे लगाए जा सकन पोल्यूशन नूं काउंट करन लई। देखो जी, इहदा अप टू कंट्रोल की किन्ना कंट्रोल रखदे आ, ते जिन्ना वधिया कंट्रोल रखणगे राहत मिलेगी जी। एज ए सिटीजन असीं इहदा स्वागत करते हैं, बट ऑन द होल इन्हां नूं सिर्फ भट्ठियां ते ही फोकस नहीं करना चाहिए, बाकी इंडस्ट्री भी जिहड़ी पोल्यूशन करती है, सरकार नूं या पोल्यूशन कंट्रोल बोर्ड नूं यकीनी बनाउणा चाहिए कि जिहड़े डिवाइस पोल्यूशन कंट्रोल करन वास्ते इन्हां च लगने चाहिए आ, उस चीज़ नूं सख्ती दे नाल इह इंप्लीमेंट करन। नहीं, सिर्फ एक चीज़ नूं कंट्रोल करन दे नाल असीं नहीं कह सकते कि 100% असीं उहनूं कंट्रोल कर सकते हैं। बाकी भी जिन्हां भी जिन्हें भी आस्पैक्ट्स हैगे जिन्हां दे नाल पोल्यूशन हुंदा वा डिफरेंट, जिवें इंडस्ट्री होगी, तां उह सारिआं दे विच इहनां नूं जिहड़े प्रिवेंटिव मेजर आ लैणे चाहीदे। नहीं, कोई काम दा ज़्यादा नहीं असर पैणा जी, जो NGT ने फैसला दित्ता हैगा 31 जनवरी तों भट्ठे साडे लागू होणगे चलाउणे 1 फरवरी नूं, असीं उहदा स्वागत करदे हां जी। जो भी प्रदूषण करके NGT ने कहा भी अपने प्रदूषण के नाल बीमारियां बहुत फैलदियां ने, ये चंगी गल कही है जी उन्होंने, असी सारे भट्ठे मालक उन्होंने का स्वागत करते हैं, तो भट्ठे असी बंद रखांगे उन्नी देर। मजदूर के काम कार से कोई ज्यादा असर नहीं पैना जी, हुण एक साढ़े एक इनू अपने नवंबर न शुरू हो जानी है कच्ची इट मोल्डिंग बननी, ਤੇ ਕੱਚੀ ਹੁਣ ਤੇ ਉਹ ਆਪਣਾ ਕੰਮ ਸ਼ੁਰੂ ਕਰ ਦੇਣਾ ਜੀ, ਉਹਨਾਂ ਲੇਬਰ ਨੇ ਸਾਰਾ 1 ਫਰਵਰੀ ਨੂੰ ਅਸੀਂ ਅੱਗ ਦੇ ਦਾਂਗੇ ਜੀ। ਮਜ਼ਦੂਰਾਂ ਅਤੇ ਉਹਨਾਂ ਦੇ ਹੱਕਾਂ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਸੰਘਰਸ਼ਸ਼ੀਲ ਦਿਹਾਤੀ ਮਜ਼ਦੂਰ ਯੂਨੀਅਨ ਵਿੱਚ ਸਰਕਾਰਾਂ ਵਿਰੁੱਧ ਗੁੱਸੇ ਅਤੇ ਰੋਹ ਦੀ ਲਹਿਰ ਉੱਠਣੀ ਸ਼ੁਰੂ ਹੋ ਗਈ ਹੈ। ਲੋਕਾਂ ਵੱਲੋਂ ਰੋਸ ਮੀਟਿੰਗ ਰੱਖੀ ਗਈ। ਰੋਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਭੱਠਾ ਮਜ਼ਦੂਰ ਯੂਨੀਅਨ ਆਗੂਆਂ ਨੇ ਆਪਣੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਹਿਲਾਂ ਬਰਸਾਤਾਂ ਦੇ ਮੌਸਮ ਵਿੱਚ ਸਰਕਾਰ ਵੱਲੋਂ 3 ਮਹੀਨੇ ਭੱਠੇ ਬੰਦ ਰੱਖਣ ਦੇ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹੁਣ ਸਰਕਾਰ ਦੀ ਸਰਪ੍ਰਸਤੀ ਵਾਲੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਵੱਲੋਂ 31 ਜਨਵਰੀ ਤੱਕ ਭੱਠਿਆਂ ਦੇ ਵਿੱਚ ਰੋਕ ਦੇ ਨਤੀਜੇ ਵਜੋਂ ਭੱਠਾ ਮਜ਼ਦੂਰ ਜੋ ਪਹਿਲਾਂ ਹੀ ਗਰੀਬੀ ਦੇ ਜੀਵਨ ਬਸਰ ਕਰ ਰਹੇ ਹਨ, ਅੱਗੋਂ ਬੇਰੁਜ਼ਗਾਰੀ ਦੇ ਹਾਲਾਤ ਪੈਦਾ ਕਰਨ ਕਾਰਨ ਭੁੱਖਮਰੀ ਦੇ ਕੰਢੇ ਜਾ ਰਹੇ ਹਨ। ਇਹ ਸਰਕਾਰ ਲੱਗੀ ਜਿਹੜੇ ਬੰਦ ਕਰਨ, ਇਹ ਕੌਮੀ ਪ੍ਰਦੂਸ਼ਣ ਕੰਟਰੋਲ ਬੋਰਡ 3 ਮਹੀਨੇ ਵਾਲੀ, ਇਹਦਾ ਤੁਹਾਨੂੰ ਕੀ ਨੁਕਸਾਨ ਆ? ਇਹਨੂੰ ਸਾਡਾ ਸਾਰਾ ਨੁਕਸਾਨ ਹੀ ਨੁਕਸਾਨ ਹੈ ਜੀ, ਸਾਨੂੰ ਕੋਈ ਕੰਮ ਨਹੀਂ ਮਿਲਣਾ, ਅਸੀਂ ਕੰਮ ਬੇਰੁਜ਼ਗਾਰ ਹੋ ਜਾਣਾ, ਇੱਥੇ ਲੇਬਰ ਸਾਰੀ ਸਾਡੀ ਭੁੱਖੀ ਰਹਿਣੀ ਆ, ਮਾਲਕਾਂ ਖਰਚਾ ਨਹੀਂ ਦੇਣਾ ਮੁੜ ਕੇ, ਜਦੋਂ ਉੱਥੇ ਕੰਮ ਨਹੀਂ ਹੋਣਾ ਉਹਨਾਂ ਖਰਚਾ ਕਿੱਥੋਂ ਦੇਣਾ ਜੋ। ਭੱਠੇ ਬੰਦ ਕਰਨ ਦੇ ਫੈਸਲੇ ਨਾਲ ਕੁਝ ਭੱਠਾ ਮਾਲਕ, ਕੁਝ ਅਖੌਤੀ ਭੱਠਾ ਮਾਲਕਾਂ ਦੀਆਂ ਐਸੋਸੀਏਸ਼ਨਾਂ ਦੇ ਝਾਂਸੇ ਵਿੱਚ ਆ ਕੇ ਇਹ ਭੁਲੇਖਾ ਪਾਲਣ ਲੱਗੇ ਹਨ ਕਿ ਸਰਕਾਰ ਨੇ ਸ਼ਾਇਦ 1 ਸਾਲ ਦਾ ਭੱਠੇ ਚਲਾਉਣ ਦਾ ਹੋਰ ਸਮਾਂ ਦੇ ਦਿੱਤਾ ਹੈ, ਅਤੇ ਅਖੌਤੀ ਐਸੋਸੀਏਸ਼ਨ ਵੱਲੋਂ ਪਾਇਆ ਜਾ ਰਿਹਾ ਇਹ ਭੁਲੇਖਾ ਕੁਝ ਦਿਨਾਂ ਤੱਕ ਭੱਠਾ ਮਾਲਕਾਂ ਦੇ ਚਿਹਰੇ ਤੇ ਰੌਣਕਾਂ ਲਿਆ ਸਕਿਆ। ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੱਥੋਂ ਵੀ ਬਾਜੀ ਉਸ ਸਮੇਂ ਨਿਕਲ ਗਈ ਜਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਆਪਣੇ ਹੁਕਮ ਜਾਰੀ ਕਰ ਦਿੱਤੇ ਕਿ ਭੱਠਾ ਮਾਲਕ 1 ਅਕਤੂਬਰ 2018 ਤੋਂ 31 ਜਨਵਰੀ 2019 ਤੱਕ ਭੱਠੇ ਨੂੰ ਅੱਗ ਨਹੀਂ ਦੇ ਸਕੇਗਾ। ਵੱਧ ਰਹੇ ਪੋਲਿਊਸ਼ਨ ਨੂੰ ਵੇਖਦਿਆਂ NGT ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸੂਬੇ ਦੇ 2700 ਦੇ ਕਰੀਬ ਜਿਹੜੇ ਭੱਠੇ ਨੇ
उस पर पाबंदी लगा दी जाए। साढ़े मौजूद ने ब्रिक एसोसीएशन के जनरल सैक्रटरी उन्होंने गलबात करते हैं, जोड़े भट्ठा मालक ने इन्हों कि नुकसान होगा जेकर भट्ठे बंद होंगे ने? नहीं जी, भट्ठा मालक न एज इट इज़ कोई नुकसान नहीं है, क्योंकि कोई ये नहीं है भी इंडस्ट्री को परमानेंट बंद कर दिता, सिर्फ टाइमिंग चेंज की है बोर्ड ने। पहला भट्ठे 25-30-40% भट्ठे पहला सर्दियों चलते होंगे सी, उन्होंने सर्दियों में ना चलते हुए उन्होंने कहता 1 फरवरी तो इसको 3 नौ तक लेके जाओ, तो 8 महीने मैक्सिमम भट्ठे पहला चलते सी, 8 महीने ही ऐतकी चलणगे, फाइनैंशियली कोई लॉस नहीं है ब्रिक इंडस्ट्री। जेकर लेबर की गल करिए कि लेबर को इसका कोई लॉस होगा, उसते लेबर से कोई फर्क पेगा इसका जेकर भट्ठे बंद होंगे ने? नहीं जी, लेबर को कोई 1% भी लॉस नहीं है, उल्टा लेबर का माइंड सैट हो जाएगा इस दे नाल कि इस पीरियड तो इस पीरियड तक चलने ने, लेबर नू माइंड प्रिपेयर हो जाएगा कि साने काम इतों तो इतने तक चलाना है, इस पॉइंट नू साडा इस डेट नू जाके साडा काम बंद हो जाना है, बल्कि वो ऑलरेडी प्रिपेयर हो जाएंगे होर काम फड़न वास्ते। जो कि इस तो पहला खुला काम से, कोई बंदा कदों मर्जी चलाउंदा सी, कदों बंद कर दिंदा सी, लेबर नू खड़े पैर जवाब देंदा सी, हुण मैं नहीं समझता भी लेबर कोई 1% भी नुकसान है। ये फैक्ट्रिया भी पोल्यूशन कर दिया ने, पर कल्ले भट्ठे ही बंद करने नाल की पोल्यूशन घटेगा ये नाल? नहीं देखो, जड़ी भी कोई इंडस्ट्री जी कि धुआं कढ़दी है उस नाल पोल्यूशन तो खराब एटमोसफेयर ज अपना तो खराब होंगे ही है। भट्ठा वो एक कैटागरी है डिपार्टमेंट के कहने मुताबिक, जो आप नंगी अख नाल देखते हैं, जो उस टाइम दे चेयरमैन सरदार कांत सिंह पन्नू जिन्होंने ये ऑर्डर उस टाइम किया, मेरिया बहुत मीटिंग्स हुई उदों, उन्हों का बेसिक पॉइंट यही सी भी जो असी स्टबल बर्निंग पराली नू अग लाउण वास्ते जिम्मेदार भाइयों लवे जाने हैं, तो वह साढ़े भट्ठिया गणी उंगल करके कहते हैं भी तुम सानू तो जरूर आके रोकते हो, ये भट्ठिया देखो कि लंबा धुआं कढ़ते हैं, कई वीडियोज़ तुम सर्कुलेट होंदिया देखिया होनगियां भट्ठिया दे विचों, वो सारी चीज़ों मद्देनज़र रखते हुए उन्होंने सानू साडी एसोसीएशन नाल मीटिंग्स कीतियां, सानू रिक्वेस्ट की भी इसका की सोल्यूशन हो सकता, तो सारे डिस्कशन तो बाद गल निकल के आई भी सर्दियों के एटमोसफेयर जोड़ा है वह भारा हो जाता है धुंध कारण, जोड़ा जो भी धुआं यह 10वें 11वें 12वें महीने के, क्योंकि त्यौहारों के सीजन होंगे ने, स्टबल बर्निंग भी होंगी है भी इस चीज़ के एटमोसफेयर इन्ना गंदा हो जाता है तो लोगों को सह लेना भी औखा हो जाता, आई फ्लू हो जाता, दिल्ली के पिछले साल देखा गया भी एक गैस चैंबर बन गया सी, वो सारी चीज़ों नज़र रखते हुए उन्होंने एक एक्सपैरीमेंट तौर पर ओनली फॉर 1 ईयर 1 साल वास्ते 4 महीने जोड़े सर्दियों के 1 अक्तूबर 2018 टू 31 जनवरी 2019 तक एक्सपैरीमेंटल तौर पर भट्ठिया उन्होंने बंद करन दा म्यूचुअल अंडरस्टैंडिंग नाल, कोई नहीं जबरदस्ती सौंपेगा, साडे नूं कॉन्फिडेंस च लैके उन्होंने ये बंद करवाया सी, तां कि जो एयर क्वालिटी इंडैक्स हैगा जिहड़ा कि उन्होंने स्टेशन इत्थे याद भी करता सी अपने पटियाले दे विच, उन्हां कोल डेटे पिछले साल दे हैगे, वो कहिंदे असीं कंपेयर करके देखांगे भी जो एयर क्वालिटी इंडैक्स दे डेटे पिछले साल साडे कोल अलग अलग शहरां दे पंजाब दे की सी ते भट्ठे बंद होण नाल की आउणगे, वह 31 जनवरी तो बाद रिजल्ट कंपेयर किए जाएंगे, अगर उहदे विच कोई बहुत ज़्यादा डिफरेंस आता होएगा तो हो सकता है बोर्ड इस नूं परमानेंट बंद कर दे, अगर कोई ज़्यादा चेंज नहीं आएगी तो नैक्सट ईयर तो यह कंटिन्यू हो जाएंगे। ये जिहड़ा फैसला है NGT का फैसला है, इस तो तुसीं सैटिस्फाई हो? जी, क्योंकि जिहड़ी हुण दोबारा NGT दे विच गए हैं वह बकायदा पंजाब ब्रिकलेन ओनर दे एसोसीएशन ही गई है, उहदा जाण दा कारण यही सी क्योंकि जदों यह ऑर्डर होया सी 9 अप्रैल 2018 नूं, उस तो बाद सारे पटियालियां तो अंडरटेकिंग लेके ही ये सारा कुछ होया सी, और उन्हों का माइंड मेकअप हो चुका थी, किसी भी बंदे ने किसी भी भट्ठा मालिक ने यह अज तक कोई भी मोल्डिंग करने वास्ते लेबर या मोल्डिंग जोड़े साढ़े पथेर दे विच खेत होंगे ने उन्होंने जीरी लगा चुके थे, कोई प्रिपेयर नहीं सी भी एकदम इस तरह का ऑर्डर आएगा, सरकार ने शायद अपने कोई उन्हों का बेनीफिट होएगा या सरकार ने अपने भी सानू सरकार के उपर एलीगेशन ना आए, शायद उन्होंने चीज़ों को देखते हुए उन्होंने आपका ऑर्डर वापस लिया, क्योंकि ब्रिक इंडस्ट्री ऑलरेडी यह प्रिपेयर नहीं सी, तो क्योंकि उन्होंने पहला इन्निया मीटिंग्स होने तो बाद इस चीज़ से प्रिपेयर किया गया कि भट्ठे 1 फरवरी तो चलने चाहिए ने, एकदम एक यकाजक उन्होंने ये ऑर्डर वापस ले लिया जिदे साडा काफ़ी ज़्यादा लॉस होने की संभावना सी, क्योंकि एकदम भजड़ पैन नाल हवड़ा दबड़ी मचाउण नाल लेबर नू औने पौने भाते हायर करना पैंदा सी, मिट्टियां दी भी प्रॉब्लम हैगी स्ट्रा मटीरियल दी, और एकदम क्योंकि सारे खेतों के जीरी खड़ी है जिथे साडे मोल्डिंग यार्ड सी, कोई बंदा उसनू कटाउण नू फिरदा सी, मगर सारी चीज़ों तो बचण वास्ते साडी एसोसीएशन की मीटिंग हुई, उन्होंने कहा भी इसनू दोबारा रीइंस्टेट किया जाए, तो इस वास्ते साने NGT का दरवाज़ा खड़खड़ाया और
ਅਸੀਂ ਸ਼ੁਕਰੀਆ ਅਦਾ ਕਰਦੇ ਹਾਂ NGT ਦਾ ਵੀ ਉਹਨਾਂ ਨੇ ਮੁੜ ਦੁਬਾਰਾ ਤੋਂ ਉਸੇ ਆਰਡਰ ਨੂੰ ਰੀਇੰਸਟੇਟ ਕਰ ਦਿੱਤਾ। ਸੋ ਇਹ ਸਨ ਬ੍ਰਿਕ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਜਿਨ੍ਹਾਂ ਦਾ ਕਹਿਣਾ ਹੈ ਕਿ NGT ਦਾ ਇਹ ਫੈਸਲਾ ਇਸ ਦੀ ਇਹ ਸ਼ਲਾਘਾ ਕਰਦੇ ਨੇ, ਜੇਕਰ ਇਸਦੇ ਨਾਲ ਪੋਲਿਊਸ਼ਨ ਘੱਟ ਹੁੰਦਾ ਤਾਂ ਉਹ ਪਰਮਾਨੈਂਟ ਕਰ ਦਿੱਤਾ ਜਾਵੇ। ਅਮਨਦੀਪ ਸਿੰਘ, ਅਜੀਤ ਵੈਬ TV, ਪਟਿਆਲਾ।